ਤੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ 22 ਤਰੀਕ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਪਾਰਟੀ ਦੇ ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ ਬਾਅਦ ਦੁਪਹਿਰ 2:30 ਵਜੇ ਉਹਦੇ ਵਿੱਚ ਸਾਰੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਪੰਜਾਬ ਦੇ ਵਿੱਚ ਲਾਸਟ ਫੇਜ਼ ਦੇ ਵਿੱਚ ਹੈ ਔਰ 1 ਜੂਨ ਨੂੰ ਵੋਟਾਂ ਪੈਣੀਆਂ। ਸਾਰੀ ਪਾਰਲੀਮੈਂਟ ਦੀ ਟੋਟਲ ਜਿਹੜੀ ਸਟ੍ਰੈਟਜੀ ਹੈ ਇਲੈਕਸ਼ਨ ਲੜਨ ਦੀ ਉਹ ਅਸੀਂ ਉਹਦੇ ਵਿੱਚ ਤੈਅ ਕਰਾਂਗੇ। ਔਰ ਦੂਜਾ ਜਿਹੜੀ ਸੂਬੇ ਦੀ ਕਰੰਟ ਰਾਜਨੀਤਿਕ ਸਥਿਤੀ ਹੈ ਜਾਂ ਦੇਸ਼ ਦੀ ਜਿਹੜੀ ਲੇਟੈਸਟ ਪੋਲੀਟੀਕਲ ਸਿਚੁਏਸ਼ਨ ਹੈ ਉਹਦੇ ਉੱਤੇ ਵੀ ਖੁੱਲ੍ਹ ਕੇ ਸਾਰਾ ਜਿਹੜਾ ਉਹ ਵਿਚਾਰ ਵਟਾਂਦਰਾ ਜਿਹੜਾ ਉਹ ਕਰਾਂਗੇ। ਇਸ ਕਰਕੇ ਪਹਿਲੀ ਤਾਂ ਜਾਣਕਾਰੀ ਮੈਂ ਇਹੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ 22 ਮਾਰਚ ਨੂੰ ਸਾਡੀ ਕੋਰ ਕਮੇਟੀ ਦੀ ਮੀਟਿੰਗ। ਦੂਜਾ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੈਂਡੀਡੇਟ ਅਨਾਊਂਸ ਕੀਤੇ ਆ ਪਹਿਲਾਂ ਤਾਂ ਇਹ ਗੱਲ ਸਾਹਮਣੇ ਆ ਗਈ ਕਿ ਹੁਣ ਹੋਰ ਆਮ ਆਦਮੀ ਪਾਰਟੀ ਕੋਲ ਨਹੀਂ ਰਹੇ ਔਰ ਹੁਣ 92 MLA ਜਿਹੜੀ ਪਾਰਟੀ ਨੇ ਜਿੱਤੇ ਸੀ ਉਹਨੂੰ 5 ਤਾਂ ਮੰਤਰੀ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪਿਆ ਔਰ ਦੂਜਾ ਇੱਕ ਕਾਂਗਰਸ ਤੋਂ ਸਾਬਕਾ MLA ਲਿਆ ਉਹਨੂੰ ਮੈਦਾਨ ਦੇ ਵਿੱਚ ਉਤਾਰਿਆ, ਇੱਕ ਤਾਂ ਆਰਟਿਸਟ ਲੱਭ ਕੇ ਉਤਾਰਿਆ। ਸੋ ਜਿਹੜੀ ਸਥਿਤੀ ਹੈ ਇੱਕ ਕਾਂਗਰਸ ਦਾ ਹੋਰ ਸਿਟਿੰਗ MLA ਉਹਨੂੰ ਵੀ ਜਿਹੜਾ ਉੱਥੋਂ ਅਸਤੀਫਾ ਦਵਾਇਆ ਗਿਆ ਇਸੇ ਪਰਪਜ ਵਾਸਤੇ। ਇੱਥੋਂ ਜਿਹੜੀ ਹਾਲੋਨੈਸ ਹੈ ਖੋਖਲਾਪਨ ਹੈ ਆਮ ਆਦਮੀ ਪਾਰਟੀ ਦਾ ਕਿ ਹੁਣ ਇਸ ਵੇਲੇ ਸਥਿਤੀ ਇਹ ਹੈ ਕਿ ਇਹਨਾਂ ਵਾਸਤੇ ਉਮੀਦਵਾਰ ਵੀ ਇਸ ਪਾਰਟੀ ਨੂੰ ਆਮ ਲੋਕਾਂ ਦੇ ਵਿੱਚੋਂ ਨਹੀਂ ਲੱਭ ਰਿਹਾ, ਇੱਕ ਤਾਂ ਇਸ ਚੀਜ਼ ਨੇ ਇਹ ਸਾਬਤ ਕਰ ਦਿੱਤਾ। ਦੂਜੀ ਗੱਲ ਹੈ ਕਿ 5 ਜਿਹੜੇ ਮੰਤਰੀ ਸਾਹਿਬਾਨ ਨੇ ਉਹਨਾਂ ਕੋਲ ਵੱਡੇ ਵੱਡੇ ਮਹਿਕਮੇ ਨੇ, ਕੁੱਡੀਆਂ ਸਾਹਿਬ ਕੋਲ ਖੇਤੀਬਾੜੀ ਦਾ ਮਹਿਕਮਾ ਔਰ ਕਿਸਾਨਾਂ ਦੀ ਦੇਖੋ ਕਿੰਨੀ ਵੱਡੀ ਸਮੱਸਿਆ ਔਰ ਅੱਗੋਂ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹੈ ਕਿ ਪ੍ਰਕਿਉਰਮੈਂਟ ਦਾ ਸੀਜ਼ਨ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਵਾਢੀ ਸ਼ੁਰੂ ਹੋ ਜਾਣੀ। ਇਸੇ ਤਰ੍ਹਾਂ ਜਿਹੜੇ ਸਰਦਾਰ ਬਲਬੀਰ ਸਿੰਘ ਜੀ ਨੇ ਡਾਕਟਰ ਸਾਹਿਬ ਉਹਨਾਂ ਕੋਲ ਹੈਲਥ ਦਾ ਕਿੰਨਾ ਵੱਡਾ ਅਹਿਮ ਡਿਪਾਰਟਮੈਂਟ ਹੈ। ਇਸੇ ਤਰ੍ਹਾਂ ਮੀਤ ਹੇਅਰ ਦੇ ਕੋਲ ਵੀ 4-5 ਡਿਪਾਰਟਮੈਂਟ ਨੇ। ਜਿਹੜੇ ਲਾਲਜੀਤ ਭੁੱਲਰ ਹੈ ਉਹਨਾਂ ਕੋਲ ਰੂਰਲ ਡਿਵੈਲਪਮੈਂਟ ਹੈ, ਕਿੱਡਾ ਅਹਿਮ ਡਿਪਾਰਟਮੈਂਟ ਹੈ ਵਿਕਾਸ ਵਾਸਤੇ, ਨਾਲ ਟਰਾਂਸਪੋਰਟ ਦਾ ਡਿਪਾਰਟਮੈਂਟ ਹੈ। ਇਸ ਕਰਕੇ 5 ਹੀ ਜਿਹੜੇ ਮੰਤਰੀ ਸਾਹਿਬਾਨ ਨੇ ਉਹਨਾਂ ਕੋਲ ਧਾਲੀਵਾਲ ਸਾਹਿਬ ਨੇ 5ਵੇਂ ਮੰਤਰੀ, ਅਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਸਰਕਾਰ ਜੇ ਸਾਰੀ 2.5 ਮਹੀਨੇ ਇਲੈਕਸ਼ਨ ਲੜਦੀ ਰਹੇਗੀ ਅਤੇ ਮਹਿਕਮੇ ਦੇ ਜਿਹੜੇ ਕੰਮ ਹੈ ਉਹ ਦੱਸੋ ਕੌਣ ਕਰੇਗਾ। ਐਡੇ ਵੱਡੇ ਮਹਿਕਮੇ, ਐਡੇ ਇੰਪਾਰਟੈਂਟ ਆਉਣ ਵਾਲੇ ਸਮੇਂ 'ਚ ਜਿਹੜੇ ਕੰਮ ਹੈ, ਅਤੇ ਇਹ ਤਾਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆ ਸਵਾਏ, ਕਿਉਂਕਿ ਮਜਬੂਰੀ ਹੁੰਦੀ ਹੈ ਜਦੋਂ ਕੈਂਡੀਡੇਟ ਬੰਦਾ ਪਾਰਲੀਮੈਂਟ ਦਾ ਬਣ ਜਾਂਦਾ, ਐਡਾ ਵੱਡਾ ਹਲਕਾ ਹੁੰਦਾ, ਅਤੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਕਿੱਥੇ ਜਾਵੇ 2.5 ਮਹੀਨੇ ਵਾਸਤੇ, ਜਿਹੜੇ ਰੂਟੀਨ ਦੇ ਕੰਮ ਨੇ, ਜਿਹੜਾ ਫਾਈਲ ਵਰਕ ਹੈ, ਜਿਹੜੀ ਡਿਵੈਲਪਮੈਂਟ ਦੇ ਕੰਮ ਰੂਟੀਨ ਦੇ ਵਿੱਚ ਚੱਲਦੇ ਆ, ਜਿਹੜੇ ਹੈਲਥ ਦੇ ਇੰਨੀਆਂ ਫਾਈਲਾਂ ਇਕੱਠੀਆਂ ਹੋ ਜਾਂਦੀਆਂ ਕਿ ਜਿੱਥੇ ਮੰਤਰੀ ਦੇ ਸਾਈਨ ਨਾ ਹੋਣ ਅਤੇ ਕੰਮ ਉੱਥੇ ਖੜ੍ਹ ਜਾਂਦਾ। ਇਹਦਾ ਮਤਲਬ ਹੈ ਕਿ ਸਰਕਾਰ ਸਿਰਫ ਚੋਣਾਂ ਲੜਨ ਵਾਸਤੇ ਰਹਿ ਗਈ, ਜਿਹੜੀ ਜਨਤਾ ਦੀ ਸੇਵਾ ਦਾ ਜਿਹੜਾ ਕੰਸੈਪਟ ਸੀ ਇਹਨਾਂ ਨੇ
ਲੋਕਾਂ ਨੂੰ ਕਿਹਾ ਕਿ ਅਸੀਂ ਇਹ ਕਰਾਂਗੇ, ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ। ਇਸ ਕਰਕੇ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਸਾਡੇ ਵੱਲੋਂ ਬਾਕੀ ਮੰਤਰੀਆਂ ਨੂੰ ਲੜਾ ਲਓ, ਪਰ ਉਹਦੀ ਥਾਂ 'ਤੇ ਮੰਤਰੀ ਬਣਾ ਲਓ, ਤੁਹਾਡੇ ਕੋਲ MLA ਹੈਗੇ ਨੇ, ਮੰਤਰੀ ਨਵੇਂ ਬਣਾ ਲਓ। ਘੱਟੋ ਘੱਟ ਪੰਜਾਬ ਦੀ ਜਨਤਾ ਨੂੰ ਤੁਸੀਂ 2-2.5 ਮਹੀਨੇ ਕਿਸ ਚੀਜ਼ ਦੀ ਸਜ਼ਾ ਦਿਓਗੇ ਕਿ ਇੱਕ ਵੀ ਮੰਤਰੀ ਸੈਕਟਰੀਏਟ ਦੇ ਵਿੱਚ ਅਵੇਲੇਬਲ ਨਹੀਂ ਹੋਣਾ ਅਤੇ ਸਾਰਾ ਫਾਈਲ ਵਰਕ ਰੁਕ ਜਾਣਾ, ਅਤੇ ਸਾਡਾ ਜਿਹੜਾ ਪੰਜਾਬ ਦਾ ਕੰਮ ਹੈ ਉਹ ਲੋਕਾਂ ਦਾ ਉਹ 2-2.5 ਮਹੀਨੇ ਅੱਗੇ ਹੀ ਦਫ਼ਤਰਾਂ ਦੇ ਵਿੱਚ ਕੋਈ ਨਹੀਂ ਬੈਠਦਾ, ਅਤੇ ਜਦੋਂ ਮੰਤਰੀ ਉੱਤੋਂ ਸਾਰੇ ਇਲੈਕਸ਼ਨ ਦੇ ਵਿੱਚ ਚਲੇ ਗਏ ਅਤੇ ਫਿਰ ਥੱਲੇ ਅਫਸਰ ਕਿਹੜਾ ਲੱਭਣਾ। ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜੇ ਸਹੀ ਮਾਇਨਿਆਂ ਦੇ ਵਿੱਚ ਇਹ ਸੇਵਾ ਕਰਨੀ ਚਾਹੁੰਦੇ ਆ ਤਾਂ ਫਿਰ ਇਹਨਾਂ ਨੂੰ ਆਪਣਾ ਅਸਤੀਫਾ ਜਿਹੜਾ ਉਹ ਦੇਣਾ ਚਾਹੀਦਾ। 2-2.5 ਮਹੀਨੇ ਇੱਕ ਪ੍ਰਕਿਰਿਆ ਚੱਲੀ ਆ, ਉਹ ਪ੍ਰਕਿਰਿਆ ਰਾਹੀਂ ਬੜੀ ਵਧੀਆ ਟੀਮ ਪੂਰੇ ਪੰਜਾਬ ਦੇ ਵਿੱਚ ਹੁਣ ਕੇ ਆਈ ਹੈ, ਚਾਹੇ ਭਾਵਾਂ ਉਹ ਸਟੇਟ ਪੱਧਰੀ ਹੋਵੇ ਭਾਵਾਂ ਉਹ ਜ਼ਿਲ੍ਹਾ ਪੱਧਰੀ ਹੋਣ, ਜ਼ਿਲ੍ਹਾ ਪ੍ਰਧਾਨ ਸਾਹਿਬਾਨ ਹੋਣ, ਸਾਰੇ ਬੜੇ ਮਿਹਨਤੀ ਕੰਮ ਕਰਨ ਵਾਲੇ, ਪੰਜਾਬ ਅਤੇ ਪੰਜਾਬੀ ਦਾ ਪਹਿਰਾ ਦੇਣ ਵਾਲੇ, ਚੰਗੀ ਸੋਚ ਵਾਲੇ ਨੌਜਵਾਨ ਇਸ ਪ੍ਰਕਿਰਿਆ ਰਾਹੀਂ ਚੁਣ ਕੇ ਆਏ ਨੇ, ਜਿਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਚੋਣਾਂ ਦੇ ਵਿੱਚ ਮੈਂ ਤੁਸੀਂ ਕਿਹਾ ਕਿ ਬੜਾ ਵੱਡਾ ਅਹਿਮ ਰੋਲ ਯੂਥ ਦਾ ਹੋਣ ਵਾਲਾ, ਕਿਉਂਕਿ ਯੂਥ ਅਕਾਲੀ ਦਲ ਨੇ ਸਾਰੇ ਕਮਰ ਕਸੇ ਕਸੇ ਹੋਏ ਨੇ, ਪੂਰੇ ਅਸੀਂ ਪੰਜਾਬ ਦੇ ਵਿੱਚ ਡਿਊਟੀਆਂ ਹਲਕਾ ਬੱਧੀ ਬੂਥ ਪੱਧਰੀ ਲਾ ਰਹੇ ਹਾਂ ਤਾਂ ਕਿ ਇਕੱਲੇ ਇਕੱਲੇ ਬੂਥ 'ਤੇ ਜਾ ਕੇ ਇਸ ਗੱਲ ਦਾ ਜਿਹੜਾ ਹੋਕਾ ਦਿੱਤਾ ਜਾਵੇ ਕਿ ਜੇ ਪੰਜਾਬ ਨੂੰ ਬਚਾਉਣਾ, ਜੇ ਪੰਜਾਬ ਦੀ ਆਉਣ ਵਾਲੀ ਨਸਲ ਅਤੇ ਫਸਲ ਨੂੰ ਬਚਾਉਣਾ ਤਾਂ ਉਹ ਯੂਥ ਨੂੰ ਅੱਗੇ ਹੋ ਕੇ ਲੜਾਈ ਲੜਨੀ ਪਊਗੀ। ਅੱਜ ਲੋੜ ਹੈ, ਜਿਹੜੇ ਹਿਸਾਬ ਨਾਲ ਪੰਜਾਬ ਚਾਰੇ ਪਾਸੇ ਘਿਰਿਆ ਹੋਇਆ, ਜਿਹੜੇ ਹਿਸਾਬ ਨਾਲ ਅੱਜ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ, ਕੋਈ ਰੁਜ਼ਗਾਰ ਨਹੀਂ, ਦਿਨ ਦਿਹਾੜੇ ਗੋਲੀਆਂ, ਠੱਗੀਆਂ, ਚੋਰੀਆਂ, ਫਰੌਤੀਆਂ, ਹਰ ਪਾਸੇ ਜਿਹੜੀ ਕਰਪਸ਼ਨ ਦਾ ਬੋਲਬਾਲਾ, ਨਸ਼ਾ ਪਿੰਡ ਪਿੰਡ ਵਿਕ ਰਿਹਾ, ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਯੂਥ ਅਕਾਲੀ ਦਲ ਦੇ ਜਿਹੜੇ ਸਾਡੇ ਅਹੁਦੇਦਾਰ ਨੇ, ਵਰਕਰ ਨੇ, ਮੈਂਬਰ ਨੇ, ਉਹ ਬੂਥ ਪੱਧਰ 'ਤੇ ਜਾ ਕੇ ਇੱਕ ਜਾਗਰੂਕਤਾ ਮੁਹਿੰਮ ਵੀ ਚਲਾਉਣਗੇ ਤਾਂ ਕਿ ਜਿਹੜਾ ਭਟਕ ਕੇ ਪਿਛਲੇ ਸਮੇਂ ਦੇ ਵਿੱਚ ਹਰ ਵਰਗ ਨੇ ਇੱਕ ਬਦਲਾਅ ਦੇ ਚੱਕਰ ਦੇ ਵਿੱਚ, ਕਦੇ ਘਰ ਘਰ ਦੇ ਨੌਕਰੀ ਦੇ ਚੱਕਰ ਦੇ ਵਿੱਚ ਵੋਟਾਂ ਪਾ ਕੇ ਇਹੋ ਜਿਹੇ ਲੋਕਾਂ ਨੂੰ ਬਦਲਾਅ ਚੱਕਰ 'ਚ ਸੱਤਾ ਦੇ ਵਿੱਚ ਲਿਆਂਦਾ, ਗੱਦੀਆਂ 'ਤੇ ਬਿਠਾਇਆ, ਜਿਨ੍ਹਾਂ ਨੇ ਪੰਜਾਬ ਦਾ 2 ਸਾਲ ਦੇ ਵਿੱਚ ਬੇੜਾ ਕਰਕੇ ਰੱਖ ਦਿੱਤਾ। ਲੋਨ ਵੀ ਲੈ ਰਹੇ ਨੇ, ਕਰਜ਼ਾ ਵੀ ਲੈ ਰਹੇ ਨੇ, ਪਰ ਕਰਦੇ ਵੀ ਕੱਖ ਨਹੀਂ। ਇਹ ਪਹਿਲੀ ਵਾਰ ਹੋਇਆ ਕਿ ਜੇ ਕੋਈ ਸਰਕਾਰਾਂ ਥੋੜ੍ਹਾ ਬਹੁਤਾ ਜਾਂ ਜਿੰਨਾ ਵੀ ਲੋਨ ਲੈਂਦੀਆਂ ਸੀ, ਕਰਜ਼ਾ ਲੈਂਦੀਆਂ ਸੀ ਪੰਜਾਬ ਲਈ, ਕੁਝ ਕਰਦੇ ਤਾਂ ਸੀ, ਕੋਈ ਡਿਵੈਲਪਮੈਂਟ ਹੁੰਦੀ ਸੀ, ਕੋਈ ਗਲੀਆਂ ਨਾਲੀਆਂ ਲਈ ਹੁੰਦੇ ਸੀ, ਕੋਈ ਸੜਕਾਂ ਲਈ ਹੁੰਦੇ ਸੀ। ਇਹ ਪਹਿਲੀ ਵਾਰ ਹੋਇਆ 70 ਸਾਲ ਦੇ ਵਿੱਚ ਕਿ ਕਰਜ਼ਾ ਤਾਂ ਦੂਜੀਆਂ ਸਰਕਾਰਾਂ ਦੇ ਮੁਕਾਬਲੇ 4-5 ਗੁਣਾ ਵੱਧ ਲੈ ਰਹੇ ਨੇ। ਜਿੰਨਾ ਕਰਜ਼ਾ ਮੈਨੂੰ ਲੱਗਦਾ 2 ਸਾਲ 'ਚ ਕੋਈ ਸਰਕਾਰ ਲੈਂਦੀ ਸੀ, ਇਹ 8 ਮਹੀਨਿਆਂ 'ਚ ਲੈ ਗਏ ਸੀ। ਹਾਲਾਤ ਇਹ ਨੇ, ਪਰ ਕਰਜ਼ੇ ਵੀ ਕੱਖ ਨਹੀਂ, ਕਿਤੇ ਲੱਗਿਆ ਵੀ ਦਿਖ ਨਹੀਂ ਰਿਹਾ। ਇਹ ਬੜੇ ਹਾਲਾਤ ਤਰਸਯੋਗ ਨੇ, ਕਿਉਂਕਿ ਦਿੱਲੀ ਨੂੰ ਭਰ ਭਰ ਝੋਲੀਆਂ ਇਨਡਾਇਰੈਕਟਲੀ ਤਰੀਕੇ ਨਾਲ ਜਾ ਰਹੀਆਂ ਨੇ। ਜਿਹੜੇ ਵੀ ਕੋਈ ਕੰਮ, ਕੋਈ ਠੇਕੇਦਾਰੀ ਥੋੜ੍ਹਾ ਬਹੁਤਾ ਜਿਹੜਾ ਕੰਮ ਕਰਦੇ ਨੇ, ਉਹ ਸਾਰਾ ਕੁਝ ਦਿੱਲੀ ਦੇ ਠੇਕੇਦਾਰਾਂ ਕੋਲ। ਸੋ ਅੱਜ ਲੋੜ ਆ ਕਿ ਪੂਰੇ ਹਰ ਵਰਗ ਨੂੰ ਉਜਾਗਰ ਕਰਕੇ, ਜਾਗਰਤੀ ਲਿਆ ਕੇ ਪੰਜਾਬ ਦੇ ਫਿਊਚਰ ਲਈ ਪੰਜਾਬ ਪੰਜਾਬੀਆਂ ਦੀ ਪਾਰਟੀ, ਪੰਥ ਦੀ ਪਾਰਟੀ, ਭਾਈਚਾਰਕ ਸਾਂਝ ਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਦੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪੰਜਾਬੀਆਂ ਦੀ ਅਸਲ ਨੁਮਾਇੰਦਗੀ ਕਰ ਸਕਦਾ। ਦੂਜੀ ਗੱਲ, ਅੱਜ ਇੱਥੇ ਰੂਪਨਗਰ ਵਿਖੇ, ਜ਼ਿਲ੍ਹਾ ਰੂਪਨਗਰ, ਸ਼੍ਰੀ ਅਨੰਦਪੁਰ ਸਾਹਿਬ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਅੱਜ ਮੇਰਾ ਇੱਥੇ ਆਉਣ ਦਾ ਜਿਹੜਾ ਮਕਸਦ ਹੈ ਉਹ ਨਰੋਲ ਅਤੇ ਨਰੋਲ ਇੱਕ ਸੇਵਾ ਭਾਵਨ ਵਾਲਾ ਅਤੇ ਧਾਰਮਿਕ, ਕਿਉਂਕਿ ਅੱਜ ਜਿਹੜੇ ਮਕਸਦ ਰਾਹੀਂ ਅਸੀਂ ਇੱਥੇ ਆਏ ਹਾਂ, ਹੋਲਾ ਮਹੱਲਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਹੋਲਾ ਮਹੱਲਾ, ਉਹ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ। ਸੋ ਉਹਦੇ ਵਿੱਚ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ, ਯੂਥ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਤੋਂ ਇੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਦਸ਼ਮੇਸ਼ ਪਿਤਾ ਦੀ ਕਿਰਪਾ ਦੇ ਨਾਲ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਮੇਰੀ ਦਸਤਾਰ ਮੇਰੀ ਸ਼ਾਨ। ਉਹ ਮੁਹਿੰਮ
ਜਿਹੜੀ ਹੈ ਉਹਦੇ ਰਾਹੀਂ ਦਸਤਾਰ ਕੈਂਪ ਲਾ ਕੇ ਨੌਜਵਾਨਾਂ ਨੂੰ, ਸਾਡੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੀ ਬਖਸ਼ੀ ਹੋਈ ਇਹ ਸਿਰ ਦਾ ਤਾਜ ਦਸਤਾਰ ਦੇ ਨਾਲ ਜੋੜਨ ਲਈ ਬੇਨਤੀ ਕੀਤੀ ਜਾਂਦੀ ਆ। ਪਹਿਲਾਂ ਸ਼੍ਰੀ ਚਮਕੌਰ ਸਾਹਿਬ ਸਿੰਘ ਜਿਹੜੀ ਸ਼ਹੀਦੀ ਸਭਾ ਸੀ ਉਦੋਂ ਦਸਤਾਰ ਕੈਂਪ ਲਾਇਆ ਗਿਆ, ਫਿਰ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਸੀ ਛੋਟੇ ਸਾਹਿਬਜ਼ਾਦੇ ਉੱਥੇ ਲਾਇਆ ਗਿਆ, ਉਸ ਤੋਂ ਬਾਅਦ ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਲਵਾਇਆ ਗਿਆ। ਉਸੇ ਤਰ੍ਹਾਂ ਹੋਰ ਵੀ ਕਈ ਜਗ੍ਹਾ ਜਿਹੜੇ ਕੈਂਪ ਨੇ ਇਹ ਮੇਰੀ ਦਸਤਾਰ ਮੇਰੀ ਸ਼ਾਨ ਦੇ ਲਾਏ ਗਏ, ਜਿਹਦੇ ਵਿੱਚ ਸੈਂਕੜਾਂ ਹੀ ਨੌਜਵਾਨਾਂ ਨੇ, ਉਹ ਧੰਨਵਾਦ ਦਸ਼ਮੇਸ਼ ਪਿਤਾ ਦਾ, ਕਿਉਂਕਿ ਖਾਲਸੇ ਦੀ ਜਨਮ ਭੂਮੀ 'ਤੇ ਬੈਠੇ ਹਾਂ, ਕੋਟਾਨ ਕੋਟਾਨ ਧੰਨਵਾਦ ਦਸ਼ਮੇਸ਼ ਪਿਤਾ ਦਾ ਜਿਨ੍ਹਾਂ ਨੇ ਕਿਰਪਾ ਕੀਤੀ। ਇਹ ਕੈਂਪਾਂ ਦੇ ਰਾਹੀਂ ਨੌਜਵਾਨ ਸਿੱਖੀ ਸਰੂਪ ਵੱਲ ਮੁੜ ਰਹੇ ਨੇ, ਨੌਜਵਾਨ ਦਸਤਾਰ ਬੰਨ ਕੇ ਫਕਰ ਮਹਿਸੂਸ ਕਰ ਰਹੇ ਨੇ। ਤੋ ਉਸੇ ਤਰ੍ਹਾਂ 24 ਅਤੇ 25 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਇਹ ਮੇਰੀ ਦਸਤਾਰ ਮੇਰੀ ਸ਼ਾਨ ਦਾ 2 ਦਿਨ ਕੈਂਪ ਚੱਲੂਗਾ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਜਿਹੜਾ ਕੈਂਪ ਆ 2 ਦਿਨ ਚੱਲਣਾ, ਜਿਹਦੇ ਵਿੱਚ ਸੈਂਕੜਿਆਂ ਹੀ ਨੌਜਵਾਨਾਂ ਨੂੰ ਬੇਨਤੀ ਕਰਕੇ, ਉਹਨਾਂ ਦੀ ਮੈਂ ਸਮਝਦਾ ਕਿ ਇੱਕ ਅਲਖ ਜਗਾ ਕੇ ਉਹਨਾਂ ਨੂੰ ਬੇਨਤੀ ਕਰਕੇ ਇਹ ਇੱਕ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਕਹਾਂਗੇ ਕਿ ਤੁਸੀਂ ਆਓ, ਦਸਤਾਰਾਂ ਬੰਨੀਏ, ਗੁਰੂ ਵਾਲੇ ਬਣੀਏ, ਗੁਰੂ ਦੇ ਨਾਲ ਜੁੜੀਏ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਉਸੇ ਤਰ੍ਹਾਂ ਇਹ ਜਿਹੜਾ ਅੱਜ ਇੱਥੇ ਅਸੀਂ ਜਗ੍ਹਾ ਦੇਖਣ ਆਏ ਹਾਂ ਕਿ ਜਿਸ ਜਗ੍ਹਾ ਲਾ ਕੇ ਜਿੱਥੇ ਕੋਈ ਸੰਗਤ ਨੂੰ ਵੀ ਪਰੇਸ਼ਾਨੀ ਨਾ ਆਵੇ ਅਤੇ ਜਿੱਥੇ ਇਹ ਦਸਤਾਰ ਕੈਂਪ ਜਿਹੜਾ ਚੱਲ ਸਕੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਪਿਛਲੇ ਕੈਂਪਾਂ ਦੀ ਤਰ੍ਹਾਂ ਇਹ ਕੈਂਪ ਵੀ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਜਿਹੜਾ ਉਹ ਆਪ ਗੁਰੂ ਸਾਹਿਬ ਅੰਗ ਸੰਗ ਸਹਾਈ ਹੋ ਕੇ ਇਹ ਨੌਜਵਾਨਾਂ ਨੂੰ ਸਮਤ ਬਖਸ਼ਣ, ਉਹ ਦਸਤਾਰ ਬੰਨ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਲੈਕਸ਼ਨ ਚੱਲ ਰਿਹਾ ਹੈ, ਕਿ ਹਾਈ ਕਮਾਂਡ ਕੋਲ ਆਪਣੇ ਯੋਜਨਾ ਦੇ ਲਈ ਕੁਝ ਰੱਖੋਗੇ ਪ੍ਰਪੋਜ਼ਲ? ਦੇਖੋ, ਇਹ ਹਾਈ ਕਮਾਂਡ ਨਹੀਂ ਦੇਖਣਾ, ਜਿਹੜੇ ਵੀ ਕਿਤੇ ਕੋਈ, ਕਿਉਂਕਿ ਜਿਹੜੀਆਂ ਲੋਕ ਸਭਾ ਦੀਆਂ ਬਹੁਤ ਥੋੜ੍ਹੀਆਂ ਸੀਟਾਂ ਹੁੰਦੀਆਂ ਨੇ, 13 ਸੀਟਾਂ ਹੁੰਦੀਆਂ ਨੇ, ਉਹਦੇ 'ਚ ਸੀਨੀਅਰ ਲੀਡਰਸ਼ਿਪ ਨੇ ਵੀ ਸਾਰਾ, ਕਿਉਂਕਿ ਬੜਾ ਕੁਝ ਦੇਖਣਾ ਹੁੰਦਾ, ਸਾਰਾ ਦਿੱਲੀ ਜਾ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨੀ ਹੁੰਦੀ ਆ। ਜਿਹੜੇ ਕੋਈ ਕਿਤੇ ਕਾਬਲ ਹੋਣਗੇ ਤਾਂ ਸਾਰਿਆਂ ਨੂੰ, ਮੈਂ ਸਮਝਦਾ ਕਿ ਇਕੱਲੀ ਮੈਂਬਰ ਪਾਰਲੀਮੈਂਟ ਨਹੀਂ, ਚਾਹੇ MLA ਹੋਵੇ ਪਹਿਲਾਂ ਵੀ, ਮੈਂ ਸਮਝਦਾ ਕਿ ਸਭ ਤੋਂ ਵੱਧ ਉਹ ਗੱਲ ਵੱਖਰੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਰੌਲਾ ਘੱਟ ਪਾਇਆ, ਆ ਬਦਲਾਅ ਵਾਲੇ ਰੌਲਾ ਤਾਂ ਬਹੁਤ ਪਾਇਆ, ਪਰ ਜੇ ਤੁਸੀਂ ਅੰਕੜੇ ਕੱਢ ਕੇ ਦੇਖੋਗੇ ਤਾਂ ਪਿਛਲੀ ਵਾਰੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਧ ਨੌਜਵਾਨਾਂ ਨੂੰ ਟਿਕਟਾਂ ਸ਼੍ਰੋਮਣੀ ਅਕਾਲੀ ਨੇ ਦਿੱਤੀਆਂ ਸੀ, ਪਰ ਇਹ ਦੇ ਕੇ 10 ਬੰਦੇ ਨੂੰ ਟਿਕਟਾਂ, ਭਾਵੇਂ ਅਕਾਲੀ ਦਲ 40 ਦਿੰਦਾ, ਅਕਾਲੀ ਦਲ ਨੇ ਜਿਤਾਇਆ ਨਹੀਂ ਕਦੇ ਬਹੁਤਾ, ਇਸ ਗੱਲ ਦੀ ਕਮੀ ਮੈਂ ਸਮਝਦਾ ਪ੍ਰਚਾਰ ਦੀ ਰਹੀ ਆ। ਸੋ ਜਿੱਥੇ ਵੀ ਜੇ ਕੋਈ ਬਲਾਕ ਸਮਿਤੀ ਦੀਆਂ ਚੇਅਰਮੈਨ ਦੀ ਗੱਲ ਕਰੀਏ, ਮੇਅਰਾਂ ਦੀ ਗੱਲ ਕਰੀਏ, ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰੀਏ, ਹਰ ਵਰਗ ਹਰ ਕੈਟਾਗਰੀ ਦੇ ਵਿੱਚ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਉਹ ਨੌਜਵਾਨਾਂ ਨੂੰ ਉਹਨਾਂ ਦੀ ਬਣਦੀ ਨੁਮਾਇੰਦਗੀ ਹਮੇਸ਼ਾ ਦਿੰਦੇ ਆਏ ਨੇ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।